ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪ ਜੀ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ, ਉਮੀਦ ਕਰਦੇ ਹਾਂ। ਗੁਰੂ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ, ਮਹਾਰਾਜ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ। ਗੁਰਮੁਖ ਪਿਆਰਿਓ, ਇੱਕ ਬਹੁਤ ਸੋਹਣਾ ਸਵਾਲ ਜੋ ਗੁਰਮੁਖਾਂ ਨੇ ਕੀਤਾ ਹੈ, ਅਤੇ ਇਹ ਬਹੁਤ ਸਾਰੇ ਗੁਰਮੁਖਾਂ ਦਾ ਸਵਾਲ ਹੈ। ਵਾਹਿਗੁਰੂ ਜੀ, ਆਪਾਂ ਅਗਰ ਇਹਦੇ 'ਤੇ ਵਿਚਾਰ ਕਰੀਏ ਤਾਂ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਜੀ ਤੋਂ ਜਿਹੜਾ ਹੁਕਮ ਹੈ, ਜੋ ਆਨਸਰ ਹੈ, ਉਹ ਮਿਲ ਸਕਦਾ ਹੈ। ਇਹਦੇ 'ਤੇ ਵਿਚਾਰ ਜ਼ਰੂਰੀ ਹੈ। ਇਹ ਤਕਰੀਬਨ ਸਾਰੇ ਗੁਰਮੁਖਾਂ ਦੇ ਮਨ 'ਚ ਗੱਲ ਰਹਿੰਦੀ ਹੈ, ਵਾਹਿਗੁਰੂ ਜੀ ਕਿਤੇ ਨਾ ਕਿਤੇ, ਕਿਉਂਕਿ ਜੋ ਅੱਜ ਦਾ ਸਮਾਂ ਹੈ ਵਾਹਿਗੁਰੂ ਜੀ, ਕਲਯੁੱਗ ਦੇ ਵਿੱਚ ਵਾਹਿਗੁਰੂ ਜੀ, ਆਪਾਂ ਸਾਰੇ ਇਸ ਗੱਲ ਨੂੰ ਸਮਝਦੇ ਹਾਂ ਵੀ ਗੁਰੂ ਸਾਹਿਬ ਜੀ ਦੇ ਰਸਤੇ 'ਤੇ ਜਦੋਂ ਕੋਈ ਵੀ ਗੁਰਮੁਖ ਚੱਲਦਾ ਹੈ ਤਾਂ ਜ਼ਰੂਰੀ ਨਹੀਂ ਕਿ ਉਹਦੇ ਪਰਿਵਾਰ ਵੱਲੋਂ ਉਹਨੂੰ ਪੂਰੀ ਸਪੋਰਟ ਮਿਲ ਜਾਏ, ਜਾਂ ਸਾਰਿਆਂ ਦਾ ਸੁਭਾਅ ਅਤੇ ਸਾਰਿਆਂ ਦੇ ਵਿਚਾਰ ਇੱਕ ਹੋਣ। ਤਾਂ ਕਰਕੇ ਵਾਹਿਗੁਰੂ ਜੀ, ਇਹਦੇ 'ਤੇ ਵਿਚਾਰ ਬੜਾ ਜ਼ਰੂਰੀ ਹੈ, ਸਮਝ ਸਕੀਏ ਵੀ ਅਸੀਂ ਚੱਲਣਾ ਕਿਵੇਂ ਹੈ। ਹੁਣ ਸਵਾਲ ਇਹ ਸੀ ਕਿ ਵਾਹਿਗੁਰੂ ਜੀ, ਜਦੋਂ ਸੰਗਤ ਦੇ ਵਿੱਚ ਆ ਕੇ ਬੈਠਦੇ ਹਾਂ, ਨਾਮ ਜਪਦੇ ਹਾਂ, ਅਤੇ ਜਿਹੜੇ ਵਿਚਾਰ ਨੇ ਉਹ ਬੜੇ ਵਧੀਆ ਹੋ ਜਾਂਦੇ ਨੇ, ਕ੍ਰੋਧ ਵੀ ਖਤਮ ਹੋ ਜਾਂਦਾ, ਪੰਜ ਦੂਤਾਂ ਤੋਂ ਵੀ ਬਚ ਜਾਂਦੇ ਹਾਂ, ਪਰ ਜਦੋਂ ਪਰਿਵਾਰ ਦੇ ਵਿੱਚ ਜਾ ਕੇ ਉਹੀ ਆਪਾਂ ਨਾਮ ਜਪਣਾ ਚਾਹੁੰਦੇ ਹਾਂ ਤਾਂ ਉਹ ਅਵਸਥਾ ਰਹਿੰਦੀ ਨਹੀਂ। ਫਿਰ ਕੋਸ਼ਿਸ਼ ਤਾਂ ਕਰੀਦੀ ਹੈ ਕਿ ਪਰਿਵਾਰ ਵਾਲੇ ਜਿਹੜੇ ਹੈ ਉਹ ਨਾਲ ਮਿਲ ਜਾਣ, ਸਿਮਰਨ ਕਰ ਲੈਣ, ਪਰ ਉਹ ਨਹੀਂ ਕਰਦੇ। ਤਾਂ ਜਿਵੇਂ ਇੱਕ ਇਕੱਲਾ ਇਨਸਾਨ ਜਿਹੜਾ ਬੰਦਗੀ ਵਾਲੇ ਰਸਤੇ 'ਤੇ ਚੱਲਦਾ ਹੈ, ਅਤੇ ਘਰਦਿਆਂ ਦਾ ਬਿਹੇਵੀਅਰ ਕਿੱਦਾਂ ਦਾ ਹੋ ਜਾਂਦਾ, ਅਤੇ ਉਹਨਾਂ ਦਾ ਵਾਹਿਗੁਰੂ ਜੀ ਜਿਹੜਾ ਉੱਠਣ ਬਹਿਣ ਦਾ ਸਾਰਾ ਢੰਗ ਹੈ ਉਹ ਵੀ ਵੱਖੋ ਵੱਖਰਾ ਹੁੰਦਾ, ਕਿਉਂਕਿ ਜਿਹੜਾ ਗੁਰਮੁਖ ਹੈ ਉਹਨੇ ਵਾਹਿਗੁਰੂ ਜੀ ਅਭਿਆਸ ਕਰਨਾ ਹੁੰਦਾ, ਅਤੇ ਉਹ ਘਰ ਦੇ ਵਿੱਚ ਕਈ ਵਾਰੀ ਸ਼ੋਰ ਸ਼ਰਾਬਾ ਮਾਹੌਲ ਇੱਦਾਂ ਦਾ, ਵਾਹਿਗੁਰੂ ਜੀ ਕਈ ਪਾਸੇ ਜਿਵੇਂ ਕਿ ਕਹਿ ਲਓ ਵੀ ਸ਼ਰਾਬ ਪੀਣੀ ਜਾਂ ਪੁੱਠੇ ਸਿੱਧੇ ਜਿਹੜੇ ਕਰਮ ਹੈ ਉਹ ਹੋਣੇ, ਅਤੇ ਉਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਉਹ ਕਹਿੰਦਾ ਗੁਰਮੁਖ ਵੀ ਮੈਨੂੰ ਕ੍ਰੋਧ ਬੜਾ ਆ ਜਾਂਦਾ ਇਸ ਗੱਲ 'ਤੇ, ਨਾਮ ਤਾਂ ਜਪਿਆ ਨਹੀਂ ਜਾਂਦਾ ਫਿਰ ਕ੍ਰੋਧ ਬਣ ਜਾਂਦਾ ਵੀ ਮੈਂ ਤਾਂ ਇਸ ਰਸਤੇ 'ਤੇ ਚੱਲਣਾ ਚਾਹੁੰਦਾ ਅਤੇ ਮੈਨੂੰ ਇਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਵੀ ਇਹ ਪੰਜ ਦੂਤਾਂ ਨਾਲ ਕਿਵੇਂ ਘਿਰੇ ਹੋਏ ਨੇ, ਅਤੇ ਇਹਦੇ 'ਤੇ ਵਿਚਾਰ ਕਰਕੇ ਵੀ ਸੰਗਤ ਅੱਗੇ ਰੱਖੀਏ ਅਤੇ ਮੈਨੂੰ ਵੀ ਜਿਹੜਾ ਉਹ ਜਵਾਬ ਮਿਲ ਜਾਵੇ। ਹੁਣ ਗੱਲ ਇਹ ਵਾਹਿਗੁਰੂ ਜੀ, ਸਭ ਤੋਂ ਪਹਿਲਾਂ ਜੋ ਗੁਰਮੁਖਾਂ ਤੋਂ ਬਚਨ ਸੁਣੀ ਦੇ ਨੇ, ਜੋ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਸਮਝਾਇਆ, ਆਪਾਂ ਉੱਥੋਂ ਦੀ ਇਸ ਗੱਲ ਨੂੰ ਫੜਦੇ ਹਾਂ ਵਾਹਿਗੁਰੂ ਜੀ। ਹੁਣ ਇਹ ਇੱਕ ਖੇਡ ਹੈ, ਪਹਿਲਾਂ ਤਾਂ ਆਪਾਂ ਇਹਨੂੰ ਸਮਝੀਏ, ਮਹਾਰਾਜ ਨੇ ਇਹ ਖੇਡ ਇਸ ਤਰੀਕੇ ਦੇ ਨਾਲ ਬਣਾਇਆ ਹੈ ਵਾਹਿਗੁਰੂ ਜੀ ਕਿ ਇੱਕ ਟੀਮ, ਇੱਕ ਪਰਿਵਾਰ ਇਕੱਠਾ ਕੀਤਾ ਹੈ। ਇਹ ਵਿਚਾਰ ਜਿਹੜਾ ਹੈ ਵਾਹਿਗੁਰੂ ਜੀ, ਆਪ ਜੀ ਹੁਣ ਧਿਆਨ ਨਾਲ ਸੁਣੋ। ਹੁਣ ਪਰਿਵਾਰ ਵਿੱਚ ਵਾਹਿਗੁਰੂ ਜੀ, ਕਿਸੇ ਦਾ ਮਨ ਜਿਹੜਾ ਹੈ ਮਾਲਕ ਨੇ ਦੇਵਲੋਕ ਵਿੱਚੋਂ ਲਿਆ ਹੈ, ਕਿਸੇ ਨੂੰ ਆਕਾਸ਼ ਲੋਕ ਦੇ ਵਿੱਚੋਂ ਲਿਆ ਹੈ, ਅਤੇ ਵਾਹਿਗੁਰੂ ਜੀ ਕਿਸੇ ਨੂੰ ਪਤਾਲ ਲੋਕ ਦੇ ਵਿੱਚੋਂ ਲਿਆ ਹੈ, ਕਿਸੇ ਨੂੰ ਭੂਮ ਲੋਕ ਦੇ ਵਿੱਚੋਂ ਲਿਆ ਹੈ। ਹੁਣ ਪਰਿਵਾਰ ਵਿੱਚ ਦੇਵਲੋਕ ਵਾਲੇ ਦਾ ਸੁਭਾਅ ਕੋਈ ਹੋਰ ਹੋਊਗਾ, ਆਕਾਸ਼ ਲੋਕ ਵਾਲੇ ਦਾ ਹੋਰ, ਭੂਮ ਲੋਕ ਵਾਲੇ ਦਾ ਸੁਭਾਅ ਜਿਹੜਾ ਹੈ ਉਹ ਕੁਛ ਹੋਰ ਹੋਊਗਾ। ਹੁਣ ਇਹ ਜਿਹੜੇ ਚਾਰ ਦੇਸ਼ਾਂ ਦੀਆਂ ਟੀਮਾਂ ਇਕੱਠੀਆਂ ਕੀਤੀਆਂ ਨੇ, ਇੰਝ ਸਮਝ ਲਓ ਇਸ ਤਰ੍ਹਾਂ ਕਾਲ ਨੂੰ ਬੜਾ ਸੌਖਾ ਹੋ ਗਿਆ ਕਿ ਇਹਨਾਂ ਦੇ ਵਿੱਚ ਜਿਹੜਾ ਟਕਰਾਅ ਪੈਦਾ ਕਰਨਾ ਉਹਦੇ ਲਈ ਸਭ ਤੋਂ ਸੌਖਾ ਹੋ ਗਿਆ। ਇਸ ਲਈ ਇਸ ਖੇਲ ਦੇ ਵਿੱਚੋਂ ਵਿਰਲੇ ਵਿਰਲੇ ਜੀਵ ਹੀ ਨੇ ਜਿਹੜੇ ਪਾਸ ਹੁੰਦੇ ਨੇ। ਵਾਹਿਗੁਰੂ ਜੀ ਸਾਨੂੰ ਦੱਸ ਦਿੱਤਾ ਹੈ, ਮਹਾਰਾਜ ਨੇ, ਪਰਿਵਾਰ ਅਤੇ ਸੰਸਾਰ ਇੱਕ ਅਗਣ ਹੈ। ਮਾਲਕ ਕਹਿੰਦੇ ਨੇ ਅਗਣ ਕੁਟੁੰਬ ਸਾਗਰ ਸੰਸਾਰ ਭਰਮ ਮੋਹ ਅਗਿਆਨ ਅੰਧਾਰ। ਹੁਣ ਵਾਹਿਗੁਰੂ ਜੀ ਇਸ ਅਗਣ ਤੋਂ ਤੁਸੀਂ ਬਚਣਾ ਕਿਵੇਂ ਹੈ? ਜੇ ਪਰਿਵਾਰ ਦੀ ਅਗਣ ਤੋਂ ਬਚੋਗੇ ਤਾਂ ਵਾਹਿਗੁਰੂ ਜੀ ਅੱਗੇ ਸੰਸਾਰ ਦੀ ਜਿਹੜੀ ਅਗਣ ਹੈ, ਸਾਡੇ ਮਨ ਨੂੰ ਮਾਤ ਗਰਭ ਦੀ ਅਗਣ ਦੇ ਵਿੱਚੋਂ ਹੀ ਟ੍ਰੇਨਿੰਗ ਦਿੱਤੀ ਸੀ ਮਹਾਰਾਜ ਨੇ, ਅੱਗੇ ਮਾਇਆ ਦੀ ਅਗਣ ਦੇ ਇਮਤਿਹਾਨ ਦੇ ਵਿੱਚ ਪਾ ਦਿੱਤਾ। ਹੁਣ ਮਹਾਰਾਜ ਕਹਿੰਦੇ ਨੇ ਜੈਸੀ ਅਗਣ ਉੱਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਣ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ। ਮਹਾਰਾਜ ਕਹਿੰਦੇ ਹੁਣ
ਸਮਝਾਤਾ ਸਾਨੂੰ ਵੀ ਹੁਣ ਆਪਾਂ ਦੇਖਣਾ ਇਹ ਹੈ ਕਿ ਜਦੋਂ ਤੁਸੀਂ ਪਰਿਵਾਰ ਵਿੱਚ ਸਿਮਰਨ ਕਰੋਗੇ ਤਾਂ ਪੰਜੇ ਜਾਣੇ ਕਿਸੇ ਜੀਵ ਨੂੰ ਵਿੱਚੋਂ ਖਰੀਦ ਲੈਂਦੇ ਹਨ। ਆਪਣਾ ਜਿਹੜਾ ਪਰਿਵਾਰ ਹੈ ਉਹ 'ਚ ਜਿਹੜੇ ਮੈਂਬਰ ਨੇ ਉਹਨਾਂ ਨੇ ਕੋਈ ਇੱਕ ਖਰੀਦ ਲੈਣਾ ਹੈ, ਉਹਨੂੰ ਆਪਣੇ ਵਾਸ ਕਰ ਲੈਣਾ ਹੈ। ਜਦੋਂ ਤੁਸੀਂ ਘਰ ਵਿੱਚ ਸਿਮਰਨ ਕਰੋਗੇ ਤਾਂ ਉਸ ਨੂੰ ਗਿਆਨ ਨਾ ਹੋਣ ਕਰਕੇ ਗੁੱਸਾ ਜਿਹੜਾ ਹੈ, ਕ੍ਰੋਧ ਜਿਹੜਾ ਹੈ, ਉਹ ਚੜ੍ਹੇਗਾ ਉਸ ਟਾਈਮ 'ਤੇ। ਤੁਸੀਂ ਸਿਮਰਨ ਕਰਕੇ ਅਤੇ ਪਰਿਵਾਰ ਨੂੰ ਸਿਮਰਨ ਕਰਾ ਕੇ ਮੁਕਤ ਕਰਨਾ ਚਾਹੁੰਦੇ ਹੋ, ਪਰ ਦੂਜਾ ਮੈਂਬਰ ਭਾਗਾਂ ਤੋਂ ਹੀਣਾ ਹੋਣ ਕਰਕੇ ਜਮਾਂ ਦੇ ਵੱਸ ਜਾਣਾ ਚਾਹੁੰਦਾ ਹੈ, ਉਹ ਪੰਜਾਂ ਦੇ ਨਾਲ ਗੰਦਗੀ ਦੇ ਵਿੱਚ ਵੱਸਣਾ ਚਾਹੁੰਦਾ ਹੈ, ਗੰਦਗੀ ਖਾਣੀ ਚਾਹੁੰਦਾ ਹੈ। ਇਸ ਲਈ ਉਸ ਦੀ ਨਿਸ਼ਾਨੀ ਦੱਸ ਦਿੱਤੀ ਮਹਾਰਾਜ ਨੇ, ਉਸ ਨੂੰ ਸਿਮਰਨ ਕਰਨ ਵਾਲੇ ਦੇ ਉੱਤੇ ਗੁੱਸਾ ਚੜ੍ਹੇਗਾ ਹੀ ਚੜ੍ਹੇਗਾ। ਮਹਾਰਾਜ ਕਹਿੰਦੇ, ਦੁਰਮਤ ਭਾਗ ਹੀਣ ਮਤ ਫੀਕੇ, ਨਾਮ ਸੁਨਤ ਆਵੇ ਮਨ ਰੋਹੈ, ਕਊਆ ਕਾਗ ਕੋ ਅੰਮ੍ਰਿਤ ਰਸ ਪਾਈਏ, ਤ੍ਰਿਪਤੈ ਵਿਸਟਾ ਖਾਏ ਮੁਖ ਗੋਹੈ। ਮਹਾਰਾਜ ਕਹਿੰਦੇ ਨਾ, ਹੁਣ ਆਪਾਂ ਇਹਨੂੰ ਵਿਚਾਰੀਏ, ਪਤਾ ਲੱਗ ਜਾਵੇਗਾ ਕਿ ਇਹ ਜੀਵ ਪੰਜਾਂ ਨਾਲ ਰਲਿਆ ਹੋਇਆ ਹੈ। ਸਾਨੂੰ ਇਹ ਨਿਸ਼ਾਨੀਆਂ ਦੱਸਦੀਆਂ ਮਹਾਰਾਜ ਨੇ, ਅਤੇ ਜਮਾਂ ਦੇ ਵੱਸ ਪਿਆ ਹੋਇਆ ਹੈ। ਸੰਗਤ ਦੇ ਵਿੱਚ ਸਾਨੂੰ ਸਿੱਖਿਆਰਥੀ ਰੂਪ ਵਿੱਚ ਦੱਸਿਆ ਜਾਂਦਾ ਹੈ ਕਿ ਤੁਸੀਂ ਕਿਸੇ ਵੀ ਜੀਵ ਦੇ ਔਗੁਣ ਨਹੀਂ ਦੇਖਣੇ, ਗੁਣ ਹੀ ਦੇਖਣੇ ਨੇ। ਔਗੁਣਾਂ ਅਤੇ ਗੁਣਾਂ ਦਾ ਫੈਸਲਾ ਦੇਣ ਵਾਲਾ ਸਾਰਿਆਂ ਦੇ ਅੰਦਰ ਬੈਠਾ ਦੇਖ ਰਿਹਾ ਹੈ। ਮਹਾਰਾਜ ਕਹਿੰਦੇ, ਸਾਜਨ ਮੀਤ ਸੁਆਮੀ ਨੇਰੋ, ਭੇਖਤ ਸੁਨਤ ਸਭਨ ਕੈ ਸੰਗੇ, ਥੋੜੈ ਕਾਜ ਬੁਰੋ ਕੈ ਫੇਰੋ। ਫੈਸਲਾ ਉਸਨੇ ਦੇਣਾ ਹੈ ਵਾਹਿਗੁਰੂ ਜੀ। ਤੁਸੀਂ ਉਹਨਾਂ ਦੇ ਔਗੁਣ ਦੇਖ ਕੇ ਆਪਣੇ ਆਪ ਨੂੰ ਗੁੱਸਾ ਨਹੀਂ ਚੜਾਉਣਾ, ਕਦੇ ਵੀ ਨਹੀਂ ਇਹ ਗਲਤੀ ਕਰਨੀ। ਜੇ ਗੁੱਸਾ ਚੜ੍ਹ ਗਿਆ ਸਮਝੋ ਮਨ ਦੂਰ ਚਲਾ ਗਿਆ, ਕ੍ਰੋਧ ਹੀ ਜਿਹੜਾ ਹੈ ਅੱਗੇ ਹੋ ਕੇ ਲੜੇਗਾ, ਮਨ ਪਿੱਛੇ ਰਹਿ ਜਾਂਦਾ। ਫਿਰ ਜਦੋਂ ਮਨ ਜਾਗ ਪੈਂਦਾ ਹੈ ਤਾਂ ਗੁੱਸਾ ਨਹੀਂ ਆਉਂਦਾ, ਇਹ ਪੰਜ ਜਿਹੜੇ ਦੂਤ ਨੇ ਪਿੱਛੇ ਹਟ ਜਾਂਦੇ ਨੇ। ਜਦੋਂ ਮਨ ਸੁੱਤਾ ਹੁੰਦਾ ਹੈ ਇਹ ਪੰਜੇ ਉਦੋਂ ਲੜਦੇ ਹਨ ਜਦੋਂ ਤੁਹਾਨੂੰ ਜਾਂ ਘਰ ਦੇ ਹੋਰ ਮੈਂਬਰ ਨੂੰ ਕ੍ਰੋਧ ਆਉਣ 'ਤੇ ਲੜਦੇ ਹੋ ਤਾਂ ਤੀਜਾ ਬੰਦਾ ਛੁਡਾਉਂਦਾ ਹੋਇਆ ਪੁੱਛਦਾ ਹੈ ਕਿ ਤੁਸੀਂ ਕਿਉਂ ਲੜਦੇ ਪਏ ਹੋ, ਤਾਂ ਦੋਵਾਂ ਦਾ ਇੱਕ ਹੀ ਬਚਨ ਹੋਵੇਗਾ ਕਿ ਮੈਨੂੰ ਕ੍ਰੋਧ ਆ ਗਿਆ ਸੀ। ਫਿਰ ਜਿਹੜਾ ਲੜ ਤਾਂ ਪਏ ਅਤੇ ਕ੍ਰੋਧ ਅਤੇ ਕ੍ਰੋਧ ਜਿਹੜਾ ਚੜ੍ਹ ਗਿਆ, ਮਨ ਦਾ ਤਾਂ ਰੋਲ ਹੀ ਖਤਮ ਹੋ ਗਿਆ ਉੱਥੇ। ਮਨ ਜਾਗਣ 'ਤੇ ਪੰਜੇ ਪਾਸੇ ਹਟ ਜਾਂਦੇ ਹਨ, ਲੜਾਈ ਜਿਹੜੀ ਹੈ ਉਹ ਉੱਥੇ ਖਤਮ ਹੋ ਜਾਂਦੀ ਹੈ। ਮਹਾਰਾਜ ਗੁਰਬਾਣੀ ਦੁਆਰਾ ਦੱਸ ਰਹੇ ਹਨ ਕਿ ਗੁੱਸਾ ਕਿਉਂ ਆਉਂਦਾ ਹੈ। ਸਾਡੇ ਅੰਦਰ ਜਿਹੜੇ ਹੈ, ਸੱਜੇ ਪਾਸੇ ਸੂਰਜ ਹੈ ਅਤੇ ਖੱਬੇ ਪਾਸੇ ਚੰਦਰਮਾ ਹੈ, ਸੱਜੇ ਪਾਸੇ ਗਰਮਾਇਸ਼ ਹੈ ਅਤੇ ਖੱਬੇ ਪਾਸੇ ਫਿਰ ਠੰਡਕ ਹੈ। ਹੁਣ ਅਸੀਂ ਆਮ ਕਰਕੇ ਬਚਪਨ ਤੋਂ ਹੀ 90% ਤੋਂ ਵੀ ਵੱਧ ਸੱਜੇ ਪਾਸੇ ਦਾ ਇਸਤੇਮਾਲ ਕਰਦੇ ਹਾਂ। ਸਾਡੀ ਸੁਰਤੀ ਸੂਰਜ ਵਾਲੇ ਪਾਸੇ ਰਹਿਣ ਕਰਕੇ ਸਾਡੇ ਅੰਦਰ ਅਗਣ ਦਾ ਜ਼ਿਆਦਾ ਜ਼ੋਰ ਹੁੰਦਾ ਹੈ, ਜਿਸ ਕਰਕੇ ਨਿੱਕੀ ਨਿੱਕੀ ਗੱਲ ਤੋਂ ਕ੍ਰੋਧ ਆ ਜਾਂਦਾ ਹੈ। ਵਾਹਿਗੁਰੂ ਜੀ ਸਾਨੂੰ ਸਮਝਾਉਂਦੇ ਹਨ ਕਿ ਕ੍ਰੋਧ ਨੂੰ ਖਤਮ ਕਰਨ ਲਈ ਇਹ ਜੁਗਤੀ ਅਪਣਾ ਲਓ। ਮਹਾਰਾਜ ਕਹਿੰਦੇ ਨੇ, ਸੂਰ ਸਰ ਸੋਸ ਲੈ ਸੋਮ ਸਰ ਭੋਖ ਲੈ। ਕਹਿੰਦੇ ਹਨ ਕਿ ਸੂਰਜ ਦੀ ਜਿਹੜੀ ਸੁਰ ਨੂੰ ਸੁਕਾ ਦਿਓ, ਜਦੋਂ ਸੁਕਾਓਗੇ ਚੰਦਰਮਾ ਉੱਪਰ ਆ ਜਾਵੇਗਾ ਅਤੇ ਗਰਮਾਇਸ਼ ਦੇ ਨਾਲ ਚੰਦਰਮਾ ਦੀ ਜਿਹੜੀ ਚੰਦੋਰੀ ਵਿੱਚੋਂ ਅੰਮ੍ਰਿਤ ਜਿਹੜਾ ਝਰਕੇਗਾ ਉਹ ਅਗਣ ਨੂੰ ਬੁਝਾ ਦੇਵੇਗਾ। ਇਸ ਜੁਗਤੀ ਨਾਲ ਗੁੱਸਾ ਖਤਮ ਕਰ ਦਿਓ। ਸਵੇਰੇ ਉੱਠਣ ਸਾਰ ਸੱਜੇ ਪਾਸੇ ਤੋਂ ਸਵਾਸ ਨੂੰ ਉੱਪਰ ਖਿੱਚ ਲਓ, ਕੁਝ ਚਿਰ ਰੋਕਿਆ ਕਰੋ ਅਤੇ ਫਿਰ ਖੱਬੇ ਪਾਸੇ ਛੱਡ ਦਿਆ ਕਰੋ। ਇਹ 1 ਘੰਟਾ ਕਸਰਤ ਕਰੋ ਅਤੇ ਦਿਨ ਭਰ ਗੁੱਸਾ ਨਹੀਂ ਆਵੇਗਾ। ਇਸ ਕਰਕੇ ਗੁਰਬਾਣੀ ਵਿੱਚ ਜੁਗਤੀਆਂ ਦੱਸੀਆਂ ਹਨ ਕਿ ਨਾ ਤੁਹਾਡੇ ਅੰਦਰ ਗਰਮਾਇਸ਼ ਵਧੇ ਅਤੇ ਨਾ ਠੰਡਕ ਵਧੇ, ਭਾਵ ਸਾਰਾ ਸਿਸਟਮ ਸਮ ਰਹੇ। ਮਹਾਰਾਜ ਕਹਿੰਦੇ ਹੈ ਨਾ, ਧੁਨਮੈ ਧਿਆਨ ਧਿਆਨਵੇਂ ਜਾਣਿਆ, ਗੁਰਮੁਖ ਅਕਥ ਕਹਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।